ਸਾਡੇ ਮੁਕਾਬਲੇ ਦੀਆਂ ਦੋ ਮੁਟਿਆਰਾਂ ਜੀ, ਕਿੱਦਾਂ ਜੀ, ਠੀਕ ਠਾਕ ਹੋ ਦੋਨੇ ਜਣਿਆਂ? ਹੈਂ ਹਾਂਜੀ। ਗੁਰਮੀਤ ਭਾਜੀ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ, ਫਿਰ ਆਪਾਂ ਕਮੈਂਟਸ ਕੀ ਦੇਣਾ ਚਾਹੋਗੇ ਜੀ? ਵੇ ਮੈਂ ਤੇਰੇ ਲੜੇ ਲੱਗੀ ਆ ਵੇ ਰਾਂਝਣਾ, ਹਾਏ ਹਾਏ ਹਾਏ, ਆੜੇ ਲਾਸਟ ਦੀ ਹਰਕਤ ਲਈ ਹੈ ਨਾ ਤੁਸੀਂ, ਬਹੁਤ ਕਮਾਲ ਦੀ। ਜੋਬਨਪ੍ਰੀਤ ਜੀ ਸਰ, ਬਹੁਤ ਅੱਛਾ ਗਾਇਆ, ਥੈਂਕ ਯੂ ਸਰ। ਕੋਈ ਗੱਲ ਨਹੀਂ, ਠੀਕ ਹੈ ਨਾ? ਹਾਂਜੀ ਹਾਂਜੀ ਜੀ। ਮੁਕਾਬਲੇ 'ਚ ਆਏ ਹੋ, ਆਏ ਬੜੀ ਵੱਡੀ ਗੱਲ ਹੈ, ਲੜ ਕੇ ਆਏ, ਇੱਥੋਂ ਤੱਕ ਪਹੁੰਚੇ ਹੋ ਨਾ ਹਾਂਜੀ, ਇਸ ਸਟੇਜ ਤੱਕ, ਬਹੁਤ ਵੱਡੀ ਗੱਲ ਹੈ। ਹਾਂਜੀ, ਬਹੁਤ ਅੱਛਾ ਗਾਇਆ ਤੁਹਾਨੂੰ, ਗੁੱਡ ਲੱਕ। ਥੈਂਕ ਯੂ। ਮਲਕੀਤ ਭਾਜੀ, ਯਾਰ ਮੈਂ ਇੱਥੇ ਆਣ ਕੇ ਦੋਨਾਂ ਕੁੜੀਆਂ ਨੂੰ ਪਿਆਰ ਦੇਣਾ ਚਾਹੁੰਦਾ। ਮੇਰਾ ਤਾਂ ਅੱਜ ਜੀ ਕਰਦਾ ਕਿ ਮੇਰੇ ਖਿਆਲ ਸਾਡਾ ਫੋਰਮੈਟ ਜੇ ਚੇਂਜ ਹੋ ਸਕਦਾ ਅਸੀਂ ਦੋਨੇ ਕੁੜੀਆਂ ਰੱਖ ਲਈਏ, ਕਿਉਂਕਿ ਇੰਨਾ ਸੋਹਣਾ ਦੋਨਾਂ ਨੇ ਗਾਇਆ। ਪਰ ਸਿਮਰਨ, ਤੂੰ ਤਾਂ ਮਤਲਬ ਫੱਟੇ ਹੀ ਚੁੱਕ ਦਿੱਤੇ। ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਜਦੋਂ ਤੁਸੀਂ ਗਾਣਾ ਗਾਉਂਦੇ ਹੋ, ਗਾਣੇ ਦੇ ਨਾਲ ਜਿਹੜੀ ਤੁਸੀਂ ਫੀਲ ਦਿੱਤੀ ਆ ਨਾ, ਉਹ ਨੰਬਰ ਤੁਹਾਡੇ ਮਤਲਬ ਇੱਥੋਂ ਦੇ ਇੱਥੇ ਲੈ ਗਏ। ਪਰ ਕੁੜੀਏ, ਗਾਇਆ ਤੁਸੀਂ ਬਹੁਤ ਸੋਹਣਾ, ਹੁਣ ਫੈਸਲਾ ਦੇਖਦੇ ਹਾਂ, ਜੋ ਸਾਡਾ ਕਹਿੰਦੇ ਨੇ ਰਿਵਾਜ਼ ਹੈ ਉਹਨਾਂ ਵਿੱਚੋਂ ਦੇਖਣਾ ਪੈਣਾ। ਪਰ ਤੁਸੀਂ ਗਾਇਆ ਬਹੁਤ ਖੁੱਭ ਕੇ, ਬਹੁਤ ਹੀ ਵਧੀਆ, ਮਨ ਬਹੁਤ ਖੁਸ਼ ਹੋਇਆ। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੇ ਤੁਰਿਆ, ਕਿਉਂ ਦੇ ਰਹੇ? ਅਤੇ ਲਖਵਿੰਦਰ ਭਾਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਫਿਰ ਇਹੀ ਕਿ ਮੈਨੂੰ ਜੱਟੀਓ ਹੀਰ ਬਣਾ ਦੇ ਮਾਏ, ਮੈਂ ਕੁਝ ਹੋਰ ਨਾ ਮੰਗਾਂ। ਬਹੁਤ ਸੋਹਣਾ ਸਿਮਰਨ, ਤੁਸੀਂ ਬਹੁਤ ਸੋਹਣਾ ਪਰਫੋਰਮ ਕੀਤਾ। ਪਰਫੋਰਮੈਂਸ ਕੰਪਲੀਟ ਇੱਕ ਪੈਕੇਜ ਹੁੰਦਾ ਔਰ ਉਹ ਤੁਹਾਡੇ 'ਚ ਹੈਗਾ ਔਰ ਤੁਸੀਂ ਉਹ ਦਿਖਾਇਆ। ਜੋਬਨ, ਤੁਸੀਂ ਵੀ ਘੱਟ ਨਹੀਂ, ਤੁਸੀਂ ਵੀ ਆਪਣੇ ਵੱਲੋਂ ਪੂਰੀ ਆਪਣੀ ਵਾਹ ਲਾਈ ਹੈ ਔਰ ਆਪਣਾ ਬੈਸਟ ਦਿੱਤਾ ਔਰ ਅੱਗੇ ਦੇਖਦੇ ਹਾਂ ਫਿਰ ਕੀ ਬਣਦਾ। ਥੈਂਕ ਯੂ ਵੈਰੀ ਮੱਚ। ਸਲੀਮ ਭਾਅ ਜੀ, ਜੋਬਨ ਹਾਂਜੀ ਸਰ, ਬਹੁਤ ਅੱਛਾ ਗਾਇਆ, ਥੈਂਕ ਯੂ ਸਰ। ਪਰ ਮੈਂ ਨਾ ਇੱਕ ਇਰਾਦੇ 'ਤੇ ਉਡੀਕ ਕਰਦਾ ਰਿਹਾ, ਮੈਂ ਤੇਰੇ ਲੜ ਲੱਗੀ ਹਾਂ ਵੇ ਡੋਲਣਾ, ਉਹ ਆਇਆ ਹੀ ਨਹੀਂ ਸੀ। ਜਦੋਂ ਸਿਮਰਨ ਨੇ ਸ਼ੁਰੂ ਕੀਤਾ, ਮੈਂ ਫਿਰ ਵੇਟ ਕਰਨੀ ਸ਼ੁਰੂ ਕੀਤੀ। ਹੈ ਭਾਅ ਜੀ, ਕਿੱਟੂ ਭਾਅ ਜੀ, ਫਿਰ ਵੇਟ ਕਰਨੀ ਸ਼ੁਰੂ ਕੀਤੀ। ਮੈਂ ਕਿਹਾ ਇਹਦੇ 'ਚ ਵੀ ਦੇਖਦੇ ਹਾਂ ਵੀ ਇਹ ਕੁੜੀ ਵੀ ਉਹ ਉੱਥੇ ਆਊਗੀ ਕਿ ਨਹੀਂ। ਉਹ ਆਈ, ਬਸ ਇਹੀ ਗੱਲ ਉਹਦੇ 'ਚ ਵੱਧ ਹੈ। ਥੈਂਕ ਯੂ ਸਰ। ਜਿਉਂਦੀ ਰਹੋ ਪੁੱਤ, ਤੂੰ ਵੀ ਜਿਉਂਦੀ ਰਹਿ, ਮਾਲਕ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ।